फिर जावे ता जावे सादा सिखी सिद्ध ना जावे फिर जावे ता जावे सादा सिखी सिद्ध ना जावे ਤੋਨ ਵਾਜ ਹੈ ਨਿਤ ਵਾਜੇ ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ ਕਈ ਕੰਨਾਂ ਵਿੱਚ ਉਂਗਲਾਂ ਦੇ ਕੇ ਪੈਰਾਂ ਭਾਰ ਬਹਿ ਕੇ ਜਿਵੇਂ ਮੱਝ ਚੋਈਦੀ ਹੈ ਨਾ ਜਾਂ ਕਿਰਿਆ ਸੋਧਨ ਜਾਈਦੇ ਹੋ ਬਹਿਣ ਤੋਂ ਕਹਿੰਦੇ ਆ ਕਿ ਕੰਨਾਂ ਵਿੱਚੋਂ ਵਾਜੇ ਸੁਣਦੇ ਆ ਉਹ ਤਾਂ ਨਹੀਂ ਖਾਲਸਾ ਜੀ ਉਹ ਤਾਂ ਪੌਣ ਜਿਹੜੀ ਅੰਦਰ ਚੱਲਦੀ ਨਾ ਉਹਦਾ ਖੜਕਾ ਆਉਂਦਾ ਹੈ ਕੰਨਾਂ ਵਿੱਚੋਂ ਘੂੰ ਘੂੰ ਦੀ ਆਵਾਜ਼ ਉਹ ਆਉਂਦੀ ਉਹ ਵਾਜੇ ਗਾਜੇ ਕੋਈ ਨਹੀਂ ਅਨਹਤ ਧੁਨ ਵਾਜਿਆ ਹੈ ਨਿਤ ਵਾਜੇ ਨਾਸ ਤੁਰੈਤ ਧੁਨੀ ਵਾਲੇ ਵਾਜੇ ਸਿਮਰਨ ਦੇ ਗੁਰੂ ਕੇ ਪਿਆਰਿਆਂ ਦੇ ਹਿਰਦੇ ਚ ਵੱਜਦੇ ਹਨ ਇੱਕ ਰਸ ਜਿਹੜਾ ਗੁਰੂ ਕੀ ਬਾਣੀ ਦਾ ਸਿਮਰਨ ਹੋਣਾ ਹੈ ਪਹਿਲਾਂ ਕਦੇ ਜ਼ਬਾਨ ਨਾਲ ਕਰੀਏ ਨਾ ਤੇ ਸੁਪਨੇ ਵਿੱਚ ਵੀ ਕਈ ਵਾਰੀ ਸੁਣਨ ਲੱਗ ਜਾਂਦਾ ਜ਼ਬਾਨ ਤੋਂ ਅੱਗੇ ਕੰਠ ਵਿੱਚ ਅਵਸਥਾ ਵੱਧਦੀ ਹੈ ਕੰਠ ਵਿੱਚ ਜਾਪ ਹੁੰਦਾ ਹੈ ਮਧਮਾ ਜਾਪ ਉਹਨੂੰ ਕਹਿੰਦੇ ਨੇ ਮਧਮਾ ਵਿੱਚ ਜਿਹੜਾ ਭਾਈ ਮੋਹਨ ਕਰਦਾ ਸੀ ਤੀਸਰੇ ਪਾਤਸ਼ਾਹ ਪੁੱਤਰ ਸੋ ਇਸ ਤੋਂ ਅੱਗੇ ਖਾਲਸਾ ਜੀ ਨਾਭੀ ਦੇ ਵਿੱਚ ਧੁਨੀ ਵਿੱਚ ਜਾਪ ਹੁੰਦਾ ਹੈ ਸੌ ਗੁਣਾ ਵੱਧ ਤੇ ਤੇਜ਼ ਪਰ ਸੰਕਲਪ ਕਰਨਾ ਪੈਂਦਾ ਹੈ ਇਸ ਤੋਂ ਅੱਗੇ ਹਿਰਦੇ ਵਿੱਚ ਜਾਪ ਪਰਾ ਬਾਣੀ ਦੁਆਰਾ ਉਹ ਜਿਵੇਂ ਫੁਹਾਰੇ ਵਿੱਚੋਂ ਆਪੇ ਪਾਣੀ ਨਿਕਲਦਾ ਉਹ ਆਪਣੇ ਆਪ ਜਾਪ ਹੁੰਦਾ ਉਸ ਦਾ ਨਿਰਣਾ ਭਾਈ ਗੁਰਦਾਸ ਸਾਹਿਬ ਨੇ ਕੀਤਾ ਹੈ ਚਰਨਾ ਚੜਦਾ ਨਿਜਰੋ ਗੁਰਮੁਖ ਬਾਣੀ ਅਗੜ ਕਢਾਵੇ ਫੁਹਾਰੇ ਵਿੱਚੋਂ ਜਿਵੇਂ ਪਾਣੀ ਨਿਕਲਦਾ ਆਪਣੇ ਆਪ ਅੰਦਰੋਂ ਜਾਪ ਹੋਣਾ ਉਹਦਾ ਨਾਮ ਹੈ ਅਜੱਪਾ ਜਾਪ ਅਜੱਪਾ ਜਾਪ ਨਾ ਵੀਸਰਾ ਆਪ ਜੁਗਾਦ ਸਮਾਏ ਪਰ ਉਹ ਅਵਸਥਾ ਕਿਸੇ ਭਾਗਾਂ ਵਾਲੇ ਨੂੰ ਪ੍ਰਾਪਤ ਹੁੰਦੀ ਹੈ ਜਣੇ ਖੜੇ ਨੂੰ ਕੋਈ ਨਹੀਂ ਕਰੋੜਾਂ ਵਿੱਚੋਂ ਕਿਸੇ ਇੱਕ ਅੱਧੇ ਨੂੰ ਪਰ ਜੇ ਕਿਤੇ ਪੰਜ ਮਿੰਟ ਵੀ ਮਹਾਂਪੁਰਖ ਦੱਸਿਆ ਕਰਦੇ ਕਿਤੇ ਅਵਸਥਾ ਉਹ ਆ ਜਾਵੇ ਤਾਂ ਜਿਵੇਂ ਖਾਲਸਾ ਜੀ ਬੜਾ ਭਾਰੀ ਜ਼ੋਰ ਦਾ ਮੀਂਹ ਸਭ ਕੂੜਾ ਕਰਕਟ ਗੰਦ ਪਿੱਲ ਹੂੰਜ ਕੇ ਲਿਆ ਜਾਂਦਾ ਹੈ ਸਭ ਸੰਕਲਪ ਵਿਕਲਪ ਫੁਰਨੇ ਚਿੰਤਾ ਸੋਗ ਸਭ ਮਿਟ ਜਾਂਦੇ ਨੇ ਆਨੰਦ ਤੇ ਖੇੜਾ ਹੀ ਖੇੜਾ ਕੇਵਲ ਰਹਿ ਜਾਂਦਾ ਇਸ ਤੋਂ ਅੱਗੇ ਅਵਸਥਾ ਹੋਰ ਸਫੁਰਨ ਹੁੰਦੀ ਹੈ ਜਿੰਨੇ ਸਾਡੇ ਰੋਮ ਨੇ ਇਹ ਸਾਰੇ ਛੇਕ ਨੇ ਇਹਨਾਂ ਛੇਕਾਂ ਵਿੱਚੋਂ ਜਾਪ ਬਾਹਰ ਨਿਕਲਦਾ ਹੈ ਉਸ ਨੂੰ ਹਜ਼ੂਰ ਨੇ ਕਿਹਾ ਗੁਰਮੁਖ ਰੋਮ ਰੋਮ ਹਰ ਧਿਆਵੇ ਸਾਰੇ ਰੋਮਾਂ ਰੋਮਾਂ ਵਿੱਚੋਂ ਜਾਪ ਹੋਣਾ ਇਸ ਤੋਂ ਅੱਗੇ ਜਾਪ ਹੈ ਆ ਜਿੰਨੇ ਪਸ਼ੂ ਪੰਛੀ ਬੋਲਦੇ ਨੇ ਸਾਰਿਆਂ ਦੇ ਬੋਲ ਵਿੱਚੋਂ ਕੇਵਲ ਵਾਹਿਗੁਰੂ ਮੰਤਰ ਸੁਣਨਾ ਚਾਤ੍ਰਿਕ ਮੋਰ ਬੋਲਤ ਦਿਨ ਰਾਤੀ ਸੁਣ ਕਰ ਹਰ ਕੀ ਕੋਰ ਜੋ ਬੋਲਤ ਹੈ ਮਿਰਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ ਸਭਾ ਕਟ ਰਾਮ ਬੋਲੈ ਰਾਮਾ ਬੋਲੈ ਰਾਮ ਬਿਨਾ ਕੋ ਬੋਲੈ ਰੇ ਸਭ ਜਿੰਨੇ ਹਿਰਦਿਆਂ ਵਿੱਚ ਆਵਾਜ਼ ਆ ਰਹੀ ਹੈ ਜਿੰਨਾ ਬੋਲ ਚਾਲ ਹੋ ਰਿਹਾ ਹੈ ਸਭ ਗੁਰੂ ਕਾ ਨਾਮ ਹੀ ਨਾਮ ਸੁਣਨਾ ਇਹਦਾ ਨਾਮ ਹੈ ਅਨਹਤ ਵਾਜੇ ਤਤ ਤੇ ਆਪਣੇ ਜਿੰਨੇ ਤੱਤ ਹਨ ਇਹਨਾਂ ਵਿੱਚੋਂ ਵੀ ਜਾਪ ਸੁਣਨਾ ਤਰਤ ਪਤਾਲ ਆਕਾਸ ਹੈ ਮੇਰੀ ਜਿੰਦੜੀਏ ਸਭ ਹਰ ਹਰ ਨਾਮ ਤੇ ਆਵੇ ਰਾਮ ਤੱਤਾਂ ਵਿੱਚੋਂ ਧਰਤੀ ਆਕਾਸ਼ ਪਤਾਲ ਵਿੱਚੋਂ ਸਿਮਰਨ ਹੀ ਸਿਮਰਨ ਸੁਣਨਾ ਉਸ ਅਵਸਥਾ ਦਾ ਨਾਮ ਹੈ ਅਨਹਤ ਧੁਨ ਵਾਜਿਆ ਹੈ ਨਿਤ ਵਾਜੇ ਸਤਖੰਡ ਵਾਸੀ ਸੰਤ ਬਾਬਾ ਸੁੰਦਰ ਸਿੰਘ ਜੀ ਬਿਮਾਰ ਲੁਧਿਆਣੇ ਹਸਪਤਾਲ ਦੇ ਵਿੱਚ ਨੇ ਸਿਵਲ ਸਰਜਨ ਦੀਵਾਨ ਸਿੰਘ ਜੀ ਚੀਫ ਖਾਲਸਾ ਦੀਵਾਨ ਦੇ ਪਹਿਲੇ ਆਨਰੇਰੀ ਸੈਕਟਰੀ ਉੱਥੇ ਪਹੁੰਚ ਗਏ ਬਹੁਤੇ ਅਭਿਆਸ ਵਾਲੇ ਤੇ ਭਾਗਾਂ ਵਾਲੇ ਜਾ ਕੇ ਪਹੁੰਚਣ ਤੋਂ ਫਤਿਹ ਗਜਾਈ ਮਹਾਂਪੁਰਖੋ ਕੀ ਹਾਲ ਹੈ ਕਹਿੰਦੇ ਕਲਗੀਧਰ ਦੀ ਕਿਰਪਾ ਹੈ ਸਰੀਰ ਦਾ ਕੀ ਹਾਲ ਹੈ ਕਹਿੰਦੇ ਸਰੀਰ ਤਾਂ ਨਾਸ਼ਵੰਤੀ ਹੈ ਸਰੀਰ ਤਾਂ ਜਿਹੋ ਜਿਹਾ ਹੈ ਪਰ ਗੁਰੂ ਕੀ ਕਿਰਪਾ ਜੇ ਕੋਈ ਬਚਨ ਸੁਣਾਓ ਕਹਿੰਦੇ ਤੁਸੀਂ ਡਾਕਟਰ ਸਾਹਿਬ ਸੁਣਾਓ ਕਹਿੰਦੇ ਜੀ ਮੈਨੂੰ ਪਤਾ ਹੈ ਕਿ ਜਿੰਨਾ ਚਿਰ ਮੈਂ ਕੋਈ ਗੱਲ ਨਾ ਛੇੜੀ ਤੁਸੀਂ ਸੁਣਾਉਣੀ ਨਹੀਂ ਬ੍ਰਹਮ ਗਿਆਨੀ ਢੋਲ ਵਰਗਾ ਹੁੰਦਾ ਭਾਵ ਕੀ ਢੋਲ ਭਾਵੇਂ ਸੈਂਕੜੇ ਬਾਰੇ ਪਿਆਰੇ ਵੀ ਜਦੋਂ ਤੱਕ ਡੱਗਾ ਨਾ ਮਾਰੀ ਉਹਦੇ ਚ ਆਵਾਜ਼ ਨਹੀਂ ਆਉਂਦੀ ਪਰਮੇਸ਼ੁਰ ਦੇ ਪਿਆਰੇ ਨੂੰ ਜਦੋਂ ਤੱਕ ਕੋਈ ਸੰਕਲਪ ਨਾ ਕਰੀਏ ਉਹ ਕੋਈ ਬੋਲ ਕੇ ਗੱਲ ਨਹੀਂ ਦੱਸਦਾ ਸਮਝਦਾ ਕੀ ਐਵੇਂ ਬੋਲਣਾ ਕਹਿੰਦੇ ਜੀ ਮੇਰੇ ਤੇ ਗੁਰੂ ਕੀ ਕਿਰਪਾ ਗੱਲ ਉਹਨਾਂ ਨੇ ਸੱਚੀ ਦੱਸੀ ਕਿ ਜਦੋਂ ਮੈਂ ਕਾਰ ਤੇ ਚੜ੍ਹ ਕੇ ਇਹਨੂੰ ਭਜਾਉਂਦਾ ਹਾਂ ਇਸ ਦੀ ਇੰਜਣ ਦੀ
आवाज कू कू की बजाय ए आवाज आती है धन गुरु नानक वाहिगुरु। महापुरुष कहे तनो तुम डाक्टर साहब मेरे ते भी कृपा करो कि मैनू भी ओ सुना दो। कहने जी हुण इओं ना करो, जे मैं तुहाडे कोल दिल दा पर्दा खोलिया ते तुसी भी कृपा करो। कहण लगे नहीं डाक्टर साहब, असी तां रोग दे ग्रसे पए हैं, सो जो कुछ है तेरे मूहरे बैठे हैं। कहिंदे नहीं जी कृपा करो, मैं बाबा शाम सिंह जी सचखंड वासियां दे मौके भी कहिंदे जो सचखंड नूं चले सी उहनां कोल भी गया सी, जिन्हां ने 70 साल सरंदे नाल हरिमंदर साहब च कीर्तन कीता। कहिंदे बाबा अतल सिंह साहब मस्तू आणिआं दे भी अखीरी दर्शन कीते, ते तुसी भी सचखंड नूं जा रहे जे मेरे ते कृपा करो, मैनूं कोई वचन दसो। महापुरख बड़े गैर गंभीर सन, कहण लगे डाक्टर साहब तुसी साडे शरीर दा मुआयना करन आए जी, टूटियां कंधां ला के साडे शरीर नूं वेखो रोग कित्थे है। डाक्टर साहब पहला नहीं मनदे, महापुरख कहण लगे वेखो तां सही तुसी, खालसा जी कन्नां नूं टूटियां ला के शरीर नूं लाईआं ने, जिथे वह टूटी जी लाई है नहीं डाक्टर नूं चेता ते नहीं संतां नूं चेता, जिथे टूटी लगी उत्थे लगी ही रहेगी। महापुरखां ने फिर हिलाया जिवें किसे नूं सुत्ते पैण नूं जगाईदा है, कहिंदे डाक्टर साहब दूजे थां भी ला के वेखो, सारे शरीर ते टूटियां ला के वेखियां, मूहों निकलिया धन गुरु गोबिंद सिंह साहब, वाहगुरु गोबिंद सिंह साहब, वाहिगुरु वाहिगुरु वाहिगुरु। डाक्टर साहब मस्त हो गए ने, कहण लगे वाह खालसा, तेरा तखलस खालसा सुनिया सी, ठीक खालसा। महापुरख कहिंदे ने रोग की है, कहण लगे ना कोई बीमारी ते ना कोई इलाज, कोई चीज भी नहीं। खालसा जी जिथे भी टूटी लाई उत्थे रोम रोम विचों वाहिगुरु 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 सी। ये किसी गुरसिख की अवस्था है, इहदा नाम है अनंत धुन वाजे है नित वाजे, नास तो रहत धुनी वाले वाजे गुरु के प्यारों के हिरदे विच वज पैंदे हन। इत्थे आए सन ना महापुरख हो गए बीमार, उदो गुरुद्वारा बनदा सी ते थले डाक्टर कोल लै गए, डाक्टर कहिंदा बैठ जाओ, कहिंदे नहीं इत्थे तंबाकू पीण वाले बहिंदे, मैं नहीं बहिणा। दो तीन वारी क्या खफे हो गया डाक्टर, कह लगा मैं बिठा लांगा, टीका लाया, कह लगा हुणे बिठा लांगा। कहिंदा दसो की हाल है, कहिंदे ममूली जिहा अमल वाला तेरा टीका साडा की बिगड़न लगा। दूजी बार च लाता, तीजी वारी फिर लाता, चौथा लाया। महापुरख कह लगे तेरे टीके नहीं सानू बिठा सकते, असी वापस चले जाना। दासता अंगूठा लवाया, कहण लगा इन्हें रात नहीं कटनी, तू गलती कर रहे वापस ले जा रहे हैं। इथों नहीं गल है, गुरुद्वारा दादर बन रहा सी उदों, मैं बेनती की कि अज है लोहड़ी भलके है माघी, इन्होंने 40 मुक्तियां की शहीदी जरूर सुनाउणी है मुक्तसर साहब की, भलके डाक्टर साहब 8 to 9 इन्हां दे रस्तां तो आके भाषण सुन लई कथा सुनगे। वह मैनू बोलिया कि तू बहुता ही पागल है जो बोल रहे हैं, और आंदे 40 मुक्तियां की शहीदी महापुरख सुना रहे सन पूरे जोबन। उस मौके से गुरु ग्रंथ साहब नूं मत्था टेक के डाक्टर कहण लगा पता नहीं ये कौन लोग ने, ना इन्हां नूं कोई बीमारी ते ना इन्हां दा कोई इलाज। खालसा जी गुरमुखां दी अवस्था है, गुरसिख दी अवस्था है किसी दी, इहदा नाम है अनहत वाजे। कन्नां विच घूं घूं तां आ मोटर दी भी सुन लईए, ये कोई अनहत वाजे थोड़े है। नास तो रहत सिमरन होना एक रस हिरदे विच, हर मौके ते उठत बैठत सोवत नाम, कहो नानक जन कै सद काम। नित वाजे गुरु के सिमरन भजदे वाजदे हन। कुमी पाखण कीट गुप्त होए रहता, कहिंदे जी ए भी इहदे विच भी थोड़ी जी शंका है, ध्यान तां कीता ना कछू ने, कहिंदे अपने आंडे दा तां ही उह पक्का ना, कहिंदे ले इस तों भी अगां वेख रहा। होर दृष्टांतन दे के दसदे हां, रब दी विलखणता होर सुण लै कि उह जिहा साडा खसम है। सो कहिंदे पाखण जिहड़ा है ना पत्थर, उहदे विच कीड़ा गुप्त होके रहिंदा है, जिहड़ा पत्थर दा कीड़ा है ताचो मार्ग नाही, उस दे बाहर आउण वास्ते जां उह भोजन भेजण वास्ते तिस दे वास्ते मार्ग रस्ता कोई नहीं, थां नहीं कोई छेक नहीं विच कोई गली नहीं जिस द्वारा रब उहनू भोजन भेज देवे। जिहड़ा पत्थर है सैल पत्थर, खुश्क पत्थर, जिस दे विच पत्थर दा कीड़ा अंदर ही पैदा होया,
ਉਹਨੂੰ ਵੀ ਰਸਤਾ ਵੀ ਨਹੀਂ ਹੈ ਕਿਸੇ ਪ੍ਰਕਾਰ ਦਾ, ਕਿਹਦੇ ਦੀ ਉਹਨੂੰ ਭੋਜਨ ਭੇਜਿਆ ਜਾਵੇ। ਕਹੈ ਧੰਨਾ ਪੂਰਨ ਤਾਹੂ ਕੋ, ਭਗਤ ਧੰਨਾ ਜੀ ਕਹਿੰਦੇ ਉਹ ਮਨਾ ਖਿਆਲ ਕਰ, ਇਸ ਉਹ ਜਿਹੜਾ ਪੱਥਰ ਦੇ ਕੀੜੇ ਨੂੰ ਵੀ ਪੂਰਨ ਲਵਾ ਲਾ ਪਰਮੇਸ਼ੁਰ ਉਹਦੀ ਵੀ ਪੂਰਤੀ ਕਰਦਾ ਹੈ, ਉਹਨੂੰ ਵੀ ਭੋਜਨ ਦੇ ਕੇ ਉਹਦੇ ਪੇਟ ਨੂੰ ਵੀ ਭਰਦਾ ਹੈ, ਜਿਹਦੇ ਰਸਤਾ ਹੀ ਨਹੀਂ ਕਿਸੇ ਪ੍ਰਕਾਰ ਦਾ, ਕੋਈ ਨਿਗਾਹ ਹੀ ਨਹੀਂ ਜਿੱਥੋਂ ਪੈ ਸਕਦੀ ਹੈ। ਮਤ ਰੇ ਜੀ ਡਰਾਹੀ, ਹੇ ਮਨਾ ਮਤਾ ਹੇ ਜੀਵ, ਮਤਾ ਡਰਨਾ ਕਰ ਕਿ ਮੇਰੀ ਪ੍ਰਤਪਾਲਾ ਕਿਵੇਂ ਹੋਵੇਗੀ। ਉਹ ਪੱਥਰ ਦੇ ਵਿੱਚ ਕੀੜਾ, ਨਾ ਉਹਨੂੰ ਹਵਾ ਲੱਗੇ, ਨਾ ਪਾਣੀ, ਨਾ ਖੁਰਾਕ, ਬਾਹਰੋਂ ਕੋਈ ਚੀਜ਼ ਜਾਣ ਦਾ ਸਾਧਨ ਹੀ ਕੋਈ ਨਹੀਂ, ਤੇ ਉਹਦੀ ਵੀ ਉਹ ਪ੍ਰਤਪਾਲਾ ਕਰ ਰਿਹਾ, ਤੂੰ ਕਿਉਂ ਮਨ ਵਿੱਚ ਡਰ ਰਿਹਾ ਹੈ। ਸੋ ਆ ਧਾਰੀਵਾਲ ਵਾਲੀ ਨਹਿਰ ਤੇ ਮਹਾਂਪੁਰਖ ਸੰਤ ਬਾਬਾ ਸੁੰਦਰ ਸਿੰਘ ਜੀ ਜਾ ਰਹੇ ਸਨ। ਸੋ ਇੱਥੇ ਨਹਿਰ ਦੇ ਉੱਪਰ ਛਾਵੇਂ ਬੈਠੇ ਹੋਏ ਮਜ਼ਦੂਰ ਇੱਕ ਸਿਲਾ ਚੀਰ ਰਹੇ ਸਨ। ਉਹਨਾਂ ਚੀਰਦਿਆਂ ਚੀਰਦਿਆਂ ਥੋੜੇ ਜਿਹੇ ਪੋਲਾ ਥਾਂ ਵਿੱਚੋਂ ਆਇਆ। ਸੋ ਮਹਾਂਪੁਰਖ ਕਹਿਣ ਲੱਗੇ ਵੀ ਕੀ ਕਾਰਨ ਹੈ? ਕਹਿੰਦੇ ਜੀ ਕੀੜਾ ਹੋਣਾ ਅਮਾਇਆ ਦੇ ਵਿੱਚ, ਜਦੋਂ ਚੰਗੀ ਤਰ੍ਹਾਂ ਕਹਿੰਦੇ ਖਿਆਲ ਦੇ ਨਾਲ ਇਹਨੂੰ ਚੀਰਿਓ, ਜਦੋਂ ਚੀਰ ਕੇ ਖਾਲਸਾ ਜੀ ਵੇਖਿਆ ਵਿੱਚੋਂ ਇੱਕ ਕੀੜਾ ਨਿਕਲਿਆ, ਪਰ ਉਹਦੇ ਕੋਲ ਸੱਕਰ ਜੀ ਛੋਟੀ ਛੋਟੀ ਜੀ। ਕਹਿੰਦੇ ਵੀ ਮੂੰਹ ਨੂੰ ਲਾ ਕੇ ਵੇਖੋ ਕੀ ਚੀਜ਼ ਹੈ। ਜਦੋਂ ਵੇਖਿਆ ਕਹਿਣ ਲੱਗੇ ਜੀ ਮਿੱਠੀ ਸੱਕਰ ਹੈ। ਸੋ ਖਾਲਸਾ ਜੀ ਪ੍ਰਤੱਖ ਉਸ ਵੇਲੇ ਇਹ ਪੰਕਤੀਆਂ ਮਹਾਂਪੁਰਖਾਂ ਨੇ ਚੇਤੇ ਕਰਕੇ ਕਿਹਾ, ਧੰਨ ਗੁਰੂ ਅਰਜਨ ਸਾਹਿਬ, ਧੰਨ ਤੁਹਾਡੀ ਬਾਣੀ, ਸੈਲ ਪੱਥਰ ਮੈਂ ਜੰਤੇ ਉਪਾਏ ਤਾਂ ਕਾਰਜ ਆਗਾ ਕਰਤ ਹੈ। ਪਹਿਲੇ ਸਾਰਿਆਂ ਦੀ ਰੋਜੀ ਬਣਾ ਕਰਕੇ ਰੱਖੀ ਹੈ। ਸੋ ਰੋਖ ਰੂਹਾਨ ਕੀ ਰੋਜੀ ਨਾ ਟਾਰੈ, ਉਹ ਗੁੱਸੇ ਹੋ ਕਰਕੇ ਰੂਹਾਂ ਦੀ ਰੋਜੀ ਨਹੀਂ ਕਦੇ ਟਾਲਦਾ। ਸੱਚੇ ਪਰਮੇਸ਼ਰ ਦੇ ਸੰਸਾਰ ਨੂੰ ਪ੍ਰੇਮ ਲੱਗ ਗਿਆ ਹੈ, ਉਹਨਾਂ ਦੀ ਅਤਿਅੰਤ ਗਾੜੇ ਰੰਗ ਦੇ ਵਿੱਚ ਉਹਨਾਂ ਦੀ ਬਿਰਤੀ ਰੰਗੀ ਗਈ ਹੈ। ਮਹਾਂਪੁਰਖ ਸੰਤ ਬਾਬਾ ਗੁਰਮਤਿ ਸਿੰਘ ਸਾਹਿਬ ਜੀ ਚੰਦਰਾ ਵਾਲਿਆਂ ਨੇ ਵੱਡੇ ਸੰਤਾਂ ਮਹਾਂਪੁਰਖਾਂ ਨੂੰ ਪੁੱਛਿਆ, ਕਹਿੰਦੇ ਵੀ ਇਹ ਕਿਹੜੀ ਅਵਸਥਾ ਹੋਈ? ਆਪਣੇ ਹੱਥੀਂ ਇਸ਼ਾਰਾ ਕਰ ਕਰਕੇ ਕਹਿਣਾ ਕਿ ਜਲਾਦ ਇਹ ਗਲਤੀ ਕੀਤੀ ਹੈ, ਪਹਿਲਾ ਵਾਰ ਜਿਹੜਾ ਗੁੱਟ ਕੇ ਕੀਤਾ ਹੈ, ਤੇ ਕਹਿੰਦੇ ਵੀ ਕੀ ਗਲਤੀ ਹੈ? ਕਹਿੰਦੇ ਮੇਰੇ ਉਂਗਲਾਂ ਦੇ ਤਿੰਨ ਤਿੰਨ ਪੇਪੇ ਪਹਿਲਾਂ ਤੈਨੂੰ ਕਰਨੇ ਚਾਹੀਦੇ ਸਨ, ਆਪ ਦੱਸ ਦੱਸ ਕੇ ਆਪਣੇ ਅੰਗਾਂ ਨੂੰ ਕਟਾਉਣਾ ਹੈ, ਤੇ ਇਹ ਕਿਹੜੀ ਅਵਸਥਾ? ਕਿਤੇ ਫੀਲ ਨਾ ਕਰਨੀ, ਕਿਤੇ ਦਰਦ ਨਾ ਹੋਣੀ, ਕਿਹੜੇ ਵਿੱਚ ਘਬਰਾਹਟ ਨਾ ਆਉਣੀ, ਸਗੋਂ ਖੁਸ਼ੀ ਦੇ ਨਾਲ ਆਪ ਦੱਸ ਦੱਸ ਕੇ ਮੇਰੀ ਦਰਜੀ ਦੇ ਪਾਸ ਬਹਿ ਕੇ ਆਪਣਾ ਕੱਪੜਾ ਕਟਾਈਦਾ ਹੈ, ਤੇ ਇਹੋ ਜਿਹੀ ਕਮੀਜ਼ ਬਣਾਈ, ਇਹੋ ਜਿਹੀ ਕੁਰਤਾ ਬਣਾਈ, ਇਹ ਕਿਹੜੀ ਅਵਸਥਾ ਰਹੀ? ਉਹ ਕਹਿਣ ਲੱਗੇ ਇਹ ਪ੍ਰੇਮ ਦੀ ਅਵਸਥਾ ਹੈ। ਪ੍ਰੇਮ ਦੇ ਅਰਥਾਂ ਨੂੰ ਮੈਂ ਤੇ ਕਰੇ ਹੋ, ਜਿੱਥੇ ਹਲਕਾ ਮਮਤਾ ਨੇ, ਜਿੱਥੇ ਦੇਹ ਦੇ ਨਾਲ ਸੰਬੰਧ ਨੇ ਗੁਰੂ ਜੀ ਸਿੱਖਾਂ ਦਾ ਅਲਾਦਾ ਹੀ ਹੋਏ ਬੈਠੇ ਹਨ, ਤੇ ਇਹ ਗੁਰੂ ਕੇ ਪਿਆਰੇ ਨੂੰ ਜਿਹੜਾ ਰੰਗ ਹੈ, ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿੰਦੇ ਹਨ, ਅਜਿਹੀ ਐਸੇ ਗਾੜੇ ਪ੍ਰੇਮ ਰੰਗ ਦੇ ਵਿੱਚ ਗੁਰੂ ਕੇ ਪਿਆਰੇ ਨੂੰ ਮੂਰਤੀ ਰੰਗੀ ਗਈ ਹੈ। ਸੱਚੇ ਅਕਾਲ ਸਿੱਖ ਦੇ ਸੰਸਾਰ ਉਹਨਾਂ ਦਾ ਮੈਨੂੰ ਪ੍ਰੇਮ ਲੱਗ ਗਿਆ ਹੈ। ਐਸਾ ਵਾਹਿਗੁਰੂ ਪਰਮੇਸ਼ਰ ਦਾ ਪੂਜਨ ਨਾਮ ਹੈ, ਤੇ ਪਰਮੇਸ਼ਰ ਦੇ ਨਾਮ ਕਰਨ ਸੁਣਨੇ ਕਰਕੇ ਸੰਤ ਮਹਾਤਮਾ ਜਿਨ੍ਹਾਂ ਨੂੰ ਸਾਰੇ ਨਾਮ ਹੀ ਨਾਮ ਸੁਣਦਾ ਹੈ, ਇੱਕ ਵਾਰ ਸਾਖੀ ਆਉਂਦੀ ਹੈ ਬਾਬਾ ਕ੍ਰਿਸ਼ਨ ਸਾਹਿਬ ਜੀ ਜਿਹੜੇ ਮਸਤਵਾਲੇ ਵਾਲੇ ਹੋਏ ਹਨ, ਉਹਨਾਂ ਦੇ ਉੱਪਰ ਕਾਲੀ ਲੋਈ ਨਹੀਂ ਹੋਈ ਸੀ, ਸਿਆਲ ਦਾ ਮਹੀਨਾ ਸੀ, ਤੇ ਇੱਕ ਕੋਈ ਮਨੁੱਖ ਦਾ ਸੁਭਾਅ ਸੀ ਚੋਰੀ ਦਾ, ਤੇ ਘਰ ਵਾਲੀ ਬੜੀ ਭਰਤੀ ਕਰਨ ਵਾਲੀ ਸੀ, ਉਹਨੂੰ ਠੰਡ ਲੱਗੀ ਤੇ ਲੋਈ ਲਾ ਕੇ ਲੈ ਗਿਆ ਸੱਤਾਂ ਦੇ ਉੱਪਰ, ਜਿਸ ਵੇਲੇ ਲੋਈ ਲਾਏ ਘਰ ਵਾਲੀ ਨੂੰ ਪਤਾ ਲੱਗਾ, ਉਸਨੇ ਕਿਹਾ ਕਿ ਕੀ ਕੀਤਾ, ਜੇ ਕੋਈ ਬਚਨ ਜਰਾ ਕੇ ਮੂੰਹ ਚੋਂ ਨਿਕਲ ਗਿਆ ਬੇੜਾ ਗਰਕ ਕਰ ਦੇਣਗੇ, ਜਾਂ ਵਾਪਸ ਮੋੜ ਕੇ ਵਾਪਸ ਚਲਿਆ ਗਿਆ। ਸੰਤਾਂ ਨੂੰ ਕਹਿਣਗੇ ਬਾਬਾ ਜੀ ਮੈਂ ਚੋਰੀ ਕੀਤੀ ਹੈ, ਲੋਹੀ ਤੁਹਾਡੀ ਲਾਸ਼ ਲੈ ਗਿਆ ਸੀ, ਲੈ ਲਵੋ। ਮਹਾਂਪੁਰਖ ਕਹਿਣਗੇ ਭਾਈ ਸਾਡੀ ਤਾਂ ਹੈ ਨੀ, ਅਸੀਂ ਕਿਹੜਾ ਕੋਈ ਘਰੋਂ ਲਿਆਂਦੀ ਹੈ, ਕੋਈ ਪ੍ਰੇਮੀ ਆਇਆ ਸਾਨੂੰ ਮੱਥਾ ਦੇ ਗਿਆ, ਤੈਨੂੰ ਲੋੜ ਸੀ ਤੂੰ ਲੈ ਗਿਆ, ਸਾਡਾ ਫਿਰ ਕੋਈ ਮੋਹ ਨਹੀਂ, ਕੋਈ ਪਿਆਰ ਨਹੀਂ। ਕਹਿੰਦਾ ਜੀ ਬਖਸ਼ ਲਵਾਂ, ਗਲਤੀ ਹੋ ਗਈ ਹੈ। ਮਹਾਂਪੁਰਖ ਕਹਿਣਗੇ ਭਾਈ ਅਮਰ ਛੱਕ ਲੈ। ਕਹਿਣ ਲੱਗਾ ਜੀ ਸੱਤ ਬੱਚੇ ਅਮਰ ਛੱਕ ਲਿਆ, ਤੁਹਾਨੂੰ ਤੇ ਹੱਥ ਜੋੜ ਕੇ ਬੇਨਤੀ ਕੀਤੀ। ਕਹਿਣ ਲੱਗਾ ਜੀ ਮੈਨੂੰ ਵਾਹਿਗੁਰੂ ਦੀ ਆਵਾਜ਼ ਸੁਣਾਓ ਸਾਰੇ ਸਾਰਿਆਂ ਤੋਂ। ਮਹਾਂਪੁਰਖ ਕਹਿਣ ਲੱਗੇ ਭਾਈ ਕੇਸੇ ਇਸ਼ਨਾਨ ਕਰ ਲੈ, ਕੇਸੇ ਇਸ਼ਨਾਨ ਕੀਤਾ। ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਮੱਥਾ ਟੇਕ, ਜਦੋਂ ਮੱਥਾ ਟਿਕਵਾਇਆ ਉਸ ਵੇਲੇ ਕਹਿਣ ਲੱਗੇ ਹੁਣ ਦੱਸ ਜਿਹੜੀ ਕੋਲ ਮਸ਼ੀਨ ਚੱਲ ਰਹੀ ਕੀ ਆਵਾਜ਼ ਆਉਂਦੀ ਹੈ? ਕਹਿਣ ਲੱਗਾ ਜੀ ਇਹ ਤਾਂ ਘੁੰਬੂਆ ਲਾਇਆ ਹੋਇਆ ਹੈ, ਉਹਦਾ ਖੜਕਾ ਹੈ ਕਿ ਮਸ਼ੀਨ ਚੱਲਦੀ ਦਾ ਪਤਾ ਲੱਗ ਜਾਵੇ ਇੰਜਣ ਦਾ। ਕਹਿਣ ਲੱਗੇ ਦੁਬਾਰਾ ਮੱਥਾ ਟੇਕ ਸਤਿਗੁਰੂ ਗ੍ਰੰਥ ਸਾਹਿਬ ਜੀ ਨੂੰ, ਫਿਰ ਦੁਬਾਰਾ ਮੱਥਾ ਟਿਕਵਾ ਕੇ ਕਹਿਣਗੇ ਹੁਣ ਦੱਸ। ਕਹਿੰਦਾ ਜੀ ਵਾਹਿਗੁਰੂ ਤੋਂ ਇਜਾਜ਼ਤ ਦੇਣਾ, ਹੁਣ ਮੈਨੂੰ ਕੁਝ ਨਹੀਂ ਸੁਣਦਾ ਰਿਹਾ। ਐਸੀ ਅਵਸਥਾ ਬਣ ਜਾਂਦੀ ਹੈ, ਚਾਤਰ ਕਮੋਰ ਬੋਤ ਦਿਨ ਰਾਤੇ ਨੇ, ਤਾਂ ਘਰ ਹਰ ਕੇ ਇੱਕ ਹੋਰ ਜੋ ਬੋਲਦਾ ਮੇਰਾ ਜਮੀਨ ਪਥੇਰੋ।
ਸੋਗਨ ਹਜਾਤ ਹੈ ਨਹੀਂ ਹੋਰ ਐਸੇ ਵਾਸਤਾ ਸੁਣਨੇ ਕਰਕੇ ਬਣਦੀ ਹੈ ਸਾਹਾ ਤਾਵਤ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਦਾ ਜਾ ਕੇ ਸੁਣਦਾ ਹੈ ਹੋਰ ਕੋਈ ਕੰਨ ਵਿੱਚ ਆਵਾਜ਼ ਨਹੀਂ ਪੈਂਦੀ ਸੁਣਿਆ ਧਰਤ ਆਕਾਸ ਤੋਂ ਧਰਤੀ ਦੇ ਵਿੱਚੋਂ ਵੀ ਆਵਾਜ਼ ਸੁਣ ਲੱਗ ਪੈਂਦੀ ਹੈ ਧਰਤ ਪਤਾਲ ਆਕਾਸ ਹੈ ਮੇਰੀ ਜਿੰਦੜੀਏ ਸਭ ਹਰ ਹਰ ਨਾਮ ਧਿਆਲਾ ਰਾਮ ਇਹ ਵਾਸਤਾ ਬਾਬਾ ਸੁੰਦਰ ਸਿੰਘ ਸਾਹਿਬ ਜੀ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਅੱਠਾਂ ਸਿੰਘਾਂ ਨੂੰ ਅਕਾਲ ਕੁਟੀਆ ਜਿਹੜੀ ਬਣੀ ਹੋਈ ਹੈ ਭਿੰਡਰੀ ਉੱਥੇ ਨਜ਼ਾਰਾ ਵਿਖਾਇਆ ਸੀਗਾ ਸਿੰਘਾਂ ਨੇ ਬੇਨਤੀ ਕੀਤੀ ਸੀ ਪੰਨ ਦੀ ਲਿਖਤ ਵਿੱਚ ਹੈ ਕਿ ਜਾਂ ਅਵਸਥਾ ਵੀ ਹੈ ਮਹਾਂਪੁਰਖਾਂ ਨੇ ਕਿਹਾ ਸਿੰਘ ਗੁਰਬਾਣੀ ਤੇ ਸ਼ੱਕ ਕਰਦੇ ਹਾਂ ਕਿ ਅਸੀਂ ਇਸ਼ਨਾਨ ਕਰਵਾ ਕੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਮੱਥਾ ਟਿਕਵਾ ਕੇ ਅੱਠਾਂ ਸਿੰਘਾਂ ਨੇ ਨਜ਼ਾਰਾ ਵਿਖਾਇਆ ਸੀ ਜਿਹਨਾਂ ਵਿੱਚ ਸੰਤ ਬਾਬਾ ਦੁਰਲੱਖ ਸਿੰਘ ਜੀ ਖਾਲਸਾ ਮਹਾਂਪੁਰਖ ਪਾਤਸ਼ਾਹ ਬਾਬਾ ਹਰਨਾਮ ਸਿੰਘ ਜੀ ਜੋਗੇਵਾਲ ਵਾਲੇ ਉਹ ਜਿਹੜੇ ਸਰੀਰਕ ਤੌਰ ਤੇ ਹਨ ਇਸੇ ਤਰ੍ਹਾਂ ਬਾਈ ਗੁਰਦਾਸ ਸਿੰਘ ਜੀ ਜਥੇਦਾਰ ਗੁਰਦਿਆਲ ਸਿੰਘ ਬੋਪਾ ਰਾਏ ਵਾਲੇ ਔਰ ਇਹਨਾਂ ਦੇ ਸਾਥੀ ਸਨ ਇਹਨਾਂ ਨੇ ਸੀਨ ਲਗਾਇਆ ਤੇ ਮੁੜ ਕੇ ਛੱਡ ਕੇ ਖਿੱਚ ਰਹੇ ਸੀ ਸਾਰੇ ਦੇਵਤਾ ਪ੍ਰਗਟ ਕਰਨ ਲੱਗੇ ਮਹਾਂਪੁਰਖ ਕਹਿਣਗੇ ਭਾਈ ਤੁਸੀਂ ਪੁੱਛਿਆ ਤੇ ਤੁਹਾਨੂੰ ਵਿਖਾ ਦਿੱਤਾ ਨਜ਼ਾਰਾ ਜਿਵੇਂ ਪਿਤਾ ਪੁੱਤਰ ਨੂੰ ਮੋਢਿਆਂ ਤੇ ਚੁੱਕ ਕੇ ਗੰਢੇਰਿਆਂ ਤੇ ਚੁੱਕ ਕੇ ਮੇਲਾ ਤਾਂ ਵਿਖਾਲਦਾ ਪਰ ਤੁਰ ਕੇ ਦੇਖੇ ਤੇ ਰਾਤ ਬਹੁਤਾ ਆਉਂਦਾ ਤੁਹਾਨੂੰ ਵਸਤਾ ਇੱਕ ਮੇਰਾ ਵਿਖਾ ਦਿੱਤੀ ਹੈ ਹੁਣ ਜਿਹੜਾ ਜਾਪ ਕਰੇਗਾ ਤੁਰ ਕੇ ਮੇਲਾ ਦੇਖੇਗਾ ਉਹਨੂੰ ਬਹੁਤਾ ਰਾਤ ਆਵੇਗਾ ਉਹਦੇ ਵਿੱਚੋਂ ਮਹਾਂਪੁਰਖ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪੂਰਨ ਬ੍ਰਹਮ ਗਿਆਨੀ ਉਹਨਾਂ ਨੇ ਕਮਾਈ ਕਰਕੇ ਨਜ਼ਾਰਾ ਮਾਰਿਆ ਸੀ ਤੋ ਸੋਨੇ ਕਰਕੇ ਪਾਏ ਸਾਰੀਆਂ ਚੀਜ਼ਾਂ ਦਾ ਪਤਾ ਲੱਗਦਾ ਨਾਨਕ ਭਗਤਾ ਕੇ ਪਾਏ ਉਹਨਾਂ ਭਗਤਾਂ ਦੇ ਅੰਦਰ ਤਾਂ ਸਦਾ ਹੀ ਵਿਗਾਸ ਜੇ ਵਿਸ਼ੇਸ਼ ਦਾਸ ਨਾਲ ਪ੍ਰਕਾਸ਼ ਹੈ ਪ੍ਰਕਾਸ਼ ਗਿਆਨ ਦਾ ਹੋਇਆ ਰਹਿੰਦਾ ਹੈ ਤੋ ਹਰ ਵਕਤ ਜਿਸ ਦੇ ਵਿੱਚ ਬ੍ਰਹਮ ਪਰਮੇਸ਼ਰ ਨੂੰ ਚੇਤੇ ਕਰਦੇ ਤੇ ਖਰਾਬ ਬਣਿਆ ਰਹਿੰਦਾ ਕਦੇ ਗਮੀ ਨਹੀਂ ਆਉਂਦੇ ਕਦੇ ਝੋਰਾ ਤੇ ਸੋਚ ਨਹੀਂ ਕਰਦੇ ਗਏ ਜੋ ਪਰਮੇਸ਼ਰ ਦੇ ਭਾਣੇ ਵਿੱਚ ਵਰਤਾ ਹੋਏ ਪ੍ਰਸੰਨ ਰਹਿੰਦੇ ਹਨ ਬ੍ਰਹਮ ਗਿਆਨੀਆਂ ਨੇ ਲੱਗਣਾ ਪਾ ਰਹੇ ਇੱਕ ਜਿਹੜਾ ਮਹਾਂਪੁਰਖ ਬਾਬਾ ਸੁੰਦਰ ਸਿੰਘ ਸਾਹਿਬ ਜੀ ਨੂੰ ਪੁੱਛਿਆ ਕਿਸੇ ਜਗਿਆਸੂ ਨੇ ਸੰਤ ਦੀ ਬ੍ਰਹਮ ਗਿਆਨੀ ਦੇ ਲੱਖਣ ਦੱਸੋ ਕੀ ਹੈ ਮਹਾਂਪੁਰਖਾਂ ਦੇ ਭਾਈ ਆਸ਼ਮੀ ਅਸ਼ਪਰੀ ਸਾਹਿਬ ਨੇ ਸਾਰਾ ਕੁਝ ਦੱਸਿਆ ਕਹਿੰਦਾ ਜੇ ਕੋਈ ਇੱਕ ਪੰਕਤੀ ਦੁਆਰਾ ਤੋਂ ਸਿੱਧ ਕਰ ਦਿਓ ਮਹਾਂਪੁਰਖ ਕਹਿੰਦੇ ਕਿ ਭਾਈ ਬ੍ਰਹਮ ਗਿਆਨੀ ਦੇ ਲੱਖਣ ਹੈ ਸੋਚ ਅਮੇਤਾ ਤਾਂ ਕਹਾ ਕਰੀਆ ਜਾਂ ਮੈਂ ਏਕ ਧਰੀ ਕਹਿੰਦੇ ਭਾਈ ਸੋਚ ਤੇ ਸੰਤਾ ਫਿਕਰ ਕਿਹੜੀ ਗੱਲ ਦਾ ਕਰਨਾ ਜੀ ਜੇ ਇੱਕ ਧਰੀ ਕਾਇਮ ਰਹਿੰਦਾ ਕੀ ਪਤਾ ਘੜੀ ਦੇ ਰੱਬ ਨੇ ਕੀ ਕਰ ਦੇਣ ਉਹ ਤਾਂ ਹਰਨ ਭਰ ਜਾਤਾ ਨੇ ਇੱਕ ਹੋਰ ਸਰੂਪ ਹੈ ਜੋ ਚਾਹੇ ਫਿਰ ਮੈਂ ਸਾਪ ਸੱਤ ਹਾਰ ਤੇ ਜਿਹਦੇ ਚਿੱਤ ਘੜੀ ਟਾਈਮ ਰਹਿੰਦਾ ਹੋਵੇ ਉਹਦੇ ਵਾਸਤੇ ਫਿਕਰ ਕਰਨ ਦੀ ਲੋੜ ਨਹੀਂ ਇਹ ਬ੍ਰਹਮ ਗਿਆਨੀਆਂ ਨੇ ਲੱਖਣ ਦੱਸਿਆ ਤੇ ਆਪਾਂ ਨੂੰ ਜਰਾ ਕੋਈ ਪਰਕ ਦਾ ਸਮਾਂ ਪਤੇਤ ਹੁੰਦਾ ਹੋਵੇ ਉਸ ਵੇਲੇ ਚਿਹਰੇ ਦਰਦ ਤਾਂ ਹਵਾਈਆਂ ਉੱਡ ਜਾਂਦੀਆਂ ਤੋ ਗੁਰੂ ਕੇ ਚਾਰੋ ਕੰਬਣੀ ਲੱਗ ਜਾਂਦੀ ਹੈ ਚਰਚਾ ਪੈ ਜਾਂਦੀ ਹੈ ਘਰ ਦਾ ਲੁੱਟਿਆ ਜਾਵੇ ਪੁੱਤਰ ਤੁਹਾਡਾ ਕੀ ਹਾਲ ਹੋਵੇਗਾ ਮੇਰੇ ਨਾਲ ਪਤਾ ਨੀ ਕਿਸ ਤਰ੍ਹਾਂ ਬੀਤਣੀ ਹੈ ਇਹ ਖਾਲਸਾ ਦੀ ਗਿਆਨ ਦੀਆਂ ਨਿਸ਼ਾਨੀਆਂ ਨੀ ਅਗਿਆਨ ਦੀਆਂ ਨਿਸ਼ਾਨੀਆਂ ਹੈ ਸਤਿਗੁਰ ਸੱਚੇ ਪਾਤਸ਼ਾਹ ਚਾਰੋ ਹਜ਼ਾਰ ਤੇ ਰਾਮ ਦੇ ਸਹਿਤ ਖੁਸ਼ੀਆਂ ਨਾਲ ਖੇੜੇ ਦੇ ਸਹਿਤ ਰਹਿੰਦੇ ਹਨ ਭਾਈ ਦੁੱਖਾਂ ਤੇ ਪਾਪਾਂ ਦਾ ਸਾਰਿਆਂ ਦਾ ਨਾਸ਼ ਹੋ ਜਾਂਦਾ ਹੈ ਵਾਹਿਗੁਰੂ ਦੇ ਸਿਰ ਦੀ ਸਮਰੱਥਾ ਹੈ ਗੁਰ ਦਾ ਸ਼ਬਦ ਕਾਟਾ ਕੋਟ ਕਰਮ ਕੀਤੇ ਤੋੜਾ ਕਰਮਾਂ ਨੇ ਪਾਪਾਂ ਨੂੰ ਵੇਖ ਦਿੰਦਾ ਵਾਹਿਗੁਰੂ ਮੰਤਰ